ਉਹ ਕੀ ਕਹਿ ਰਹੇ ਨੇ ਉਹ ਵੀ ਕੁਝ ਨਹੀਂ ਕਹਿ ਰਹੇ ਜੀ ਉਹਨਾਂ ਨੇ ਵੀ ਸਿਰਫ ਮੇਲ ਕੀਤੀ ਹੈ ਆ ਜੀ ਕਿਹਾ ਕੁਝ ਕਿਹਾ ਕਚਕੇ ਚਲੋ ਲੇਕਿਨ ਇਹ ਮੇਲ ਬਾਅਦ ਚੋਂ ਪੜ ਲਾਂਗੇ ਅੱਛਾ ਤੁਸੀਂ ਆਮਿਰ ਭਾਈ ਕੋਲੋਂ ਕੁਝ ਪੁੱਛ ਰਹੇ ਹੋ ਮੈਂ ਆਮਿਰ ਸਾਹਿਬ ਤੋਂ ਤੇ ਜ਼ਰੂਰ ਕੁਝ ਪੁੱਛਾਂਗੀ ਔਰ ਉਹਦੇ ਲਈ ਸਾਨੂੰ ਰੁਬੀਨਾ ਦੇ ਘਰ ਮਹਿਮਾਨ ਆਏ ਹੋਏ ਨੇ ਉਹਨਾਂ ਦੀ ਭੈਣ ਨੇ ਔਰ ਉਹਨਾਂ ਦੇ ਸ਼ੌਹਰ ਨੇ ਆਫਤਾਬ ਬਾਬਰ ਆਫਤਾਬ ਔਰ ਰੋਜ਼ੀਨਾ ਨਾਜ਼ਲੀ ਉਹਨਾਂ ਦੀ ਸਿਸਟਰ ਨੇ ਰੁਬੀਨਾ ਦੀ ਔਰ ਉਹਨਾਂ ਦੇ ਬੇਟੇ ਨੇ ਹੁਜ਼ੈਫਾ ਔਰ ਲਾਰੇਬ ਉਹਨਾਂ ਦੀ ਬੇਟੀ ਉਹਨਾਂ ਦੇ ਘਰ ਮਹਿਮਾਨ ਆਏ ਨੇ ਇਸ ਵਾਸਤੇ ਅੱਜ ਬੀਸੀ ਨੇ ਫੋਨ ਨਹੀਂ ਕਰਨਗੇ ਔਰ ਅਸੀਂ ਕਿਹਾ ਸੀ ਉਹਨਾਂ ਦਾ ਮੈਸੇਜ ਦੇ ਦਈਏ ਵਾਹ ਮੈਸੇਜ ਦੇਖੋ ਉਹਨਾਂ ਨੇ ਕਿਸ ਤਰ੍ਹਾਂ ਪੜਿਆ ਮੈਂ ਤੇ ਕਹਿ ਰਿਹਾ ਕਿ ਇਹਨਾਂ ਨੂੰ ਜਿਹੜਾ ਹੈ ਨਾ ਕਿ ਐਸੀ ਕਿਸੇ ਕੰਪਨੀ 'ਚ ਕੰਮ ਕਰ ਲੈਣਾ ਚਾਹੀਦਾ ਜਿੱਥੇ ਮੈਸੇਜ ਜਿਹੜੇ ਨੇ ਉਹ ਪੜ ਲਿਆ ਕਰਨ ਫੌਰਨ ਫਾਰਵਰਡ ਕਰ ਲਿਆ ਕਰਨ ਆਮਿਰ ਭਾਈ ਤੁਹਾਡੇ ਕੋਲੋਂ ਜਿਹੜੀ ਗੱਲ ਪੁੱਛ ਰਿਹਾ ਸਮਾਂ ਉਹ ਹੈ ਵੇ ਕਿ ਸਾਡੇ ਪਾਕਿਸਤਾਨ ਦੇ ਬੜੇ ਲੈਜੈਂਡ ਸਿੰਗਰਸ ਨੇ ਸਿੰਗਰ ਦਾ ਕੋਈ ਨਾ ਕੋਈ ਇੱਕ ਪਸੰਦ ਹੁੰਦੀ ਹੈ ਇੱਕ ਆਪਣਾ ਤੁਹਾਡਾ ਖੈਰ ਜਿਹੜਾ ਮੂਡ ਹੈ ਉਹ ਤੇ ਬੜਾ ਰੋਮਾਂਟਿਕ ਸੈਂਟੀਮੈਂਟਲ ਟਾਈਪ ਦੇ ਤੁਹਾਡੇ ਗਾਣੇ ਹੁੰਦੇ ਨੇ ਲੇਕਿਨ ਵੈਸੇ ਤੁਹਾਨੂੰ ਸਿੰਗਰਸ 'ਚ ਪੁਰਾਣੇ ਕੌਣ ਪਸੰਦ ਨਹੀਂ ਜੀ ਤੁਸੀਂ ਜਿਨ੍ਹਾਂ ਦੇ ਨਾਮ